ਮੈਂ ਸਵਾਗਤ ਹੈ ਜੀ ਤੁਹਾਡਾ ਪੰਜਾਬ ਪੰਜਾਬੀ ਚੈਨਲ ਤੇ ਤੇ ਅਸੀਂ ਅੱਜ ਕਰਾਂਗੇ ਕਿੱਸਾਕਾਰ ਪਿੱਲੂ ਫਰਸਟ ਹੈ ਪਿੱਲੂ ਦਾ ਜਨਮ ਕਿੱਥੇ ਹੋਇਆ ਸੀ ਵੈਰੂਵਾਲ ਅੰਮ੍ਰਿਤਸਰ ਜੋ ਕਿ ਟਾਰੀ ਦੇ ਨੇੜੇ ਹੈ ਪਿੱਲੂ ਕਿਹੜੀ ਸਦੀ ਦਾ ਕਵੀ ਹੈ 16ਵੀ ਤੇ 17ਵੀ ਸਦੀ ਠੀਕ ਹੈ 16ਵੀ 17ਵੀ ਸਦੀ ਦਾ ਕਵੀ ਹੈ ਪਿੱਲੂ ਦਾ ਸਮਕਾਲੀ ਮੁਗਲ ਬਾਦਸ਼ਾਹ ਕੌਣ ਹੈ ਅਕਬਰ ਪਿੱਲੂ ਕਿਸ ਕਾਲ ਦਾ ਕਵੀ ਹੈ ਮੱਧ ਕਾਲ ਦਾ ਠੀਕ ਹੈ ਮੁਗਲ ਕਾਲ ਅਕਬਰ ਸੀ ਨਾ ਉਹਨਾਂ ਦਾ ਸਮਕਾਲੀ ਮੁਗਲ ਜਿਹੜਾ ਬਾਦਸ਼ਾਹ ਤੇ ਇਸ ਕਰਕੇ ਮੱਧ ਕਾਲ ਆਇਆ ਮੁਗਲ ਕਾਲ ਪਿੱਲੂ ਸਿੱਖ ਕਿਸ ਸਿੱਖ ਗੁਰੂ ਦਾ ਸਮਕਾਲੀ ਸੀ ਗੁਰੂ ਅਰਜਨ ਦੇਵ ਜੀ ਦਾ ਠੀਕ ਹੈ ਪਿੱਲੂ ਨੇ ਕਿਹੜਾ ਪ੍ਰਸਿੱਧ ਕਿੱਸਾ ਲਿਖਿਆ ਮਿਰਜਾ ਸਾਹਿਬਾ ਪਿੱਲੂ ਕਿੱਸਾ ਮਿਰਜਾ ਸਾਹਿਬਾ ਠੀਕ ਹੈ ਪਿੱਲੂ ਨੇ ਕਿੱਸਾ ਕਿਹੜੇ ਰੂਪ ਵਿੱਚ ਲਿਖਿਆ ਸੱਦ ਵਿੱਚ ਮਿਰਜਾ ਸਾਹਿਬਾ ਦਾ ਗੁਰਮੁਖੀ ਵਿੱਚ ਕਿਸ ਨੇ ਅਤੇ ਕਿਹੜੀ ਕਿਤਾਬ ਵਿੱਚ ਉਤਾਰਾ ਕੀਤਾ ਬਾਬਾ ਬੁੱਧ ਸਿੰਘ ਨੇ ਠੀਕ ਹੈ ਬਬੀਹਾ ਬੋਲ ਵਿੱਚ ਪੁਸਤਕ ਦਾ ਨਾਮ ਕੀ ਹੈ ਬਬੀਹਾ ਬੋਲ ਮਿਰਜਾ ਸਾਹਿਬ ਦਾ ਗੁਰਮੁਖੀ ਵਿੱਚ ਉਤਾਰਾ ਕੀਤਾ ਪਿੱਲੂ ਦੀ ਨਜ਼ਰ ਵਿੱਚ ਇਸਤਰੀ ਕੀ ਹੈ ਮਿੱਤਰ ਦਰੋਹੀ ਠੀਕ ਹੈ ਮਿੱਤਰ ਬਣ ਕੇ ਧੋਖਾ ਦੇਣ ਵਾਲੀ ਮਿਰਜਾ ਸਾਹਿਬਾ ਕਿੱਸਾ ਕੀ ਹੈ ਦੁਖਾਂਤਕ ਕਿੱਸਾ ਹੈ ਠੀਕ ਹੈ ਮਿਰਜਾ ਦਾ ਪਤਾ ਹੀ ਹੈ ਤੁਹਾਨੂੰ ਕਿ ਸਾਹਿਬਾ ਨੇ ਕਿਸ ਤਰ੍ਹਾਂ ਆਪਣੇ ਭਰਾਵਾਂ ਕੋਲ ਉਸ ਦਾ ਜਿਹੜਾ ਕਤਲ ਸੀ ਕਰਵਾ ਦਿੱਤਾ ਸੀ ਰਸ ਕਿਹੜਾ ਪ੍ਰਧਾਨ ਹੈ मिर्ज़ा साहिब ਵਿੱਚ रस ਕਿਹੜਾ ਪ੍ਰਧਾਨ ਹੈ? করুণਾ रस। ਪਿੱਲੂ ਨਾਲ ਬਰਾਬਰੀ ਸ਼ਾਇਰ ਪੁੱਲ ਕਰਨ। ਕਿਸਨੇ ਕਹਾ ਹੈ? ਹਾਫिज़ ਬਰਖੁਰਦਾਰ ਨੇ। ਹਾਫिज़ ਬਰਖੁਰਦਾਰ ਨੇ ਵੀ ਪਿੱਲੂ ਦਾ ਕਿੱਸਾ ਜੋ ਲਿਖਿਆ ਹੈ ਪਰ ਫਿਰ ਵੀ ਉਹ ਬੋਲਦੇ ਹਨ ਕਿ ਪਿੱਲੂ ਨਾਲ ਕੋਈ ਬਰਾਬਰੀ ਨਹੀਂ ਹੈ। ਪਿੱਲੂ ਅਨੁਸਾਰ ਮਿਰਜ਼ਾ ਸਾਹਿਬ ਦਾ ਸਾਹਿਬਾ ਦਾ ਪਿਆਰ ਕਿੱਥੇ ਪੈਂਦਾ ਹੈ? ਮਸਜਿਦ ਵਿੱਚ। ਮਿਰਜ਼ਾ ਕਿੱਥੋਂ ਦਾ ਸੀ? ਦਾਨਾਬਾਦ ਦਾਨਾਬਾਦ ਜਾਤ ਦਾ ਸੀ ਠੀਕ ਹੈ ਤੇ ਖਰਲ ਜੱਟ ਸਨ ਠੀਕ ਹੈ ਦਾਨਾਬਾਦ ਦਾ ਰਹਿਣ ਵਾਲਾ ਸੀ ਤੇ ਜਾਤ ਉਸ ਦੀ ਖਰਲ ਜੱਟ ਸੀ ਅਲੰਕਾਰ ਵਰਤਿਆ ਗਿਆ ਹੈ অতি ਕਥਨੀ ਰਸ ਹੈ করুণਾ ਸ਼ਿੰਗਾਰ ਤੇ ਬੀਰ ਰਸ ਠੀਕ ਹੈ করুণਾ ਰਸ ਹੈ ਸ਼ਿੰਗਾਰ ਤੇ ਬੀਰ ਰਸ ਵੀ ਹੈ ਜਦੋਂ ਲੜਦੇ ਹਨ ਲਾਸਟ ਵਿੱਚ ਦਾ ਅਲੰਕਾਰ ਵਰਤਿਆ ਹੈ ਅਤੀ ਕਥਨੀ ਸਹੇਬਾ ਦੇ ਪਿਤਾ ਦਾ ਨਾਮ ਸੀ ਖੀਵਾ ਖਾਨ ਮੇਜਾ ਸਹੇਬਾ ਦੇ ਕਿਸੇ ਦੀ ਬੋਲੀ ਹੈ ਮਾਜੀ ਠੇਠ ਪੰਜਾਬੀ ਕੇਂਦਰੀ ਪੰਜਾਬੀ ਠੀਕ ਹੈ ਮਾਜੀ ਠੇਠ ਕੇਂਦਰੀ ਪੰਜਾਬੀ ਦੁਖਾਂਤ ਪਰੰਪਰਾ ਦਾ ਆਰੰਭ ਕਿਸ ਤੋਂ ਹੁੰਦਾ ਹੈ ਪੀਲੂ ਤੋਂ ਸਹੇਬਾ ਦਾ ਜਨਮ ਵਾਰ ਹੈ ਮੰਗਲਵਾਰ ਮਿਰਜੇ ਦੇ ਪਿਤਾ ਦਾ ਨਾਂ ਹੈ ਵੰਜਲ ਠੀਕ ਹੈ ਮਿਰਜੇ ਦੇ ਪਿਤਾ ਦਾ ਨਾਂ ਹੈ ਵੰਜਲ ਸਾਹਿਬਾ ਦੇ ਪਿਤਾ ਦਾ ਨਾਂ ਖੀਵਾ ਖਾਨ ਦਾ ਲੀਜੈਂਡ ਆਫ ਪੰਜਾਬ ਕਿਸ ਦੀ ਪੁਸਤਕ ਦਾ ਨਾਂ ਹੈ ਰਿਚਰਡ ਟੈਂਪਲ ਦਾ ਸਾਹਿਬਾ ਦਾ ਵਿਆਹ ਕਿਸ ਨਾਲ ਹੋਣ ਜਾ ਰਿਹਾ ਸੀ ਜ਼ਾਹਿਰ ਖਾਨ ਨਾਲ ਸਾਈਬਾ ਦੇ ਉਧਾਲੇ ਜਾਨ ਮਗਰੋਂ ਕੌਣ ਰੋਲਾ ਪਾਉਂਦਾ ਹੈ ਫਿਰੋਜ਼ 도ਕਰ ਮਿਰਜਾ ਸਾਈਬਾ ਵਿੱਚ ਕਿੰਨੇ ਗਾਣੇ ਕਿੰਨੇ ਨਾਗੇ ਸਾਧੂਆਂ ਦਾ ਜ਼ਿਕਰ ਹੈ ਮਿਰਜਾ ਸਾਈਬਾ ਵਿੱਚ ਕਿੰਨੇ ਨਾਗੇ ਸਾਧੂਆਂ ਦਾ ਜ਼ਿਕਰ ਹੈ 300 300 ਨਾਗੇ ਸਾਧੂਆਂ ਦਾ ਜ਼ਿਕਰ ਹੈ ਬੀਬੀ ਫਾਤਿਮ ਫਾਤਿਮਾ बीबी फातिमा कौन सी हज़रत मोहम्मद दी पत्नी सी ठीक है बहुत ही छोटा टॉपिक है पीलू मिर्जा साहिबा ठीक है प्रसिद्ध किस्सा के इसका पीलू मिर्जा साहबा तो इस प्रश्न वीडियो चंगी लगी तो इस लाइक सबसक्राइब तो शेयर जरूर करना धन्यवाद